ਆਪਰੇਸ਼ਨ ਬਲੂ ਸਟਾਰ ਦੀ ਵਰੇਗੰਢ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਮੀਡੀਆ ਨਾਲ ਕੋਈ ਵੀ ਸਿਆਸੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਮੁੱਖ ਮੰਤਰੀ ਬਾਦਲ ਦੇ ਇਸ ਦੌਰੇ ਦੌਰਾਨ ਕੋਈ ਨਾ ਕੋਈ ਮੁੱਦਾ ਜੁੜ ਹੀ ਗਿਆ ਦਰਅਸਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਬਲਵੀਰ ਸਿੰਘ ਫਰਾਂਸ ਨੂੰ ਅੱਜ ਜਦੋਂ ਮੁੱਖ ਮੰਤਰੀ ਬਾਦਲ ਨੂੰ ਸਰੋਪਾ ਭੇਟ ਕਰਨ ਲਈ ਕਿਹਾ ਗਿਆ ਤਾਂ ਉਸਨੇ ਸਰੋਪਾ ਨਾ ਭੇਟ ਕੀਤਾ ਦੁਬਾਰਾ ਬੁਲਾਏ ਜਾਣ ਉੱਤੇ ਮੁੱਖ ਮੰਤਰੀ ਬਾਦਲ ਨੂੰ ਸਿਰਫ ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਦੱਸ ਦਈਏ ਕਿ ਬਲਵੀਰ ਸਿੰਘ ਫਰਾਂਸ ਨੇ ਜਨਵਰੀ ਮਹੀਨੇ 'ਚ ਸੁਖਬੀਰ ਸਿੰਘ ਬਾਦਲ ਨੂੰ ਵੀ ਸਰੋਪਾ ਪਹਿਨਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਕਾਰਵਾਈ ਨਾ ਕਰਨਾ ਬਾਦਲਾਂ ਖਿਲਾਫ਼ ਅਜਿਹਾ ਵਰਤਾਰਾ ਕਈ ਸਿੱਖ ਸੇਵਾਦਾਰਾਂ ਨੂੰ ਮਹਿੰਗਾ ਪੈ ਚੁੱਕਾ ਹੈ ਭਾਈ ਬਲਵੀਰ ਸਿੰਘ ਫਰਾਂਸ ਖਿਲਾਫ਼ ਵੀ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਾਕਾ ਇੱਥੇ ਮੱਥਾ ਟੇਕਣ ਆਇਆ ਕੋਈ ਪੋਲੀਟੀਕਲ ਕੰਮ ਨਹੀਂ ਤਾਂ ਮੱਥਾ ਜਦੋਂ ਮੈਂ ਆਉਣਾ ਸਰ ਮੱਥਾ ਟੇਕਣ ਆਉਣਾ ਥੈਂਕ ਯੂ ਬਲਵੀਰ ਸਿੰਘ ਫਰਾਂਸ ਨੇ ਜਨਵਰੀ ਮਹੀਨੇ 'ਚ ਸੁਖਬੀਰ ਸਿੰਘ ਬਾਦਲ ਨੂੰ ਵੀ ਸਰੋਪਾ ਪਹਿਨਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਕਾਰਵਾਈ ਨਾ ਕਰਨਾ ਬਾਦਲਾਂ ਖਿਲਾਫ਼ ਅਜਿਹਾ ਉਸ ਨੂੰ ਅੱਜ ਜਦੋਂ ਮੁੱਖ ਮੰਤਰੀ ਬਾਦਲ ਨੂੰ ਸਰੋਪਾ ਭੇਟ ਕਰਨ ਲਈ ਕਿਹਾ ਗਿਆ ਤਾਂ ਉਸਨੇ ਸਰੋਪਾ ਨਾ ਭੇਟ ਕੀਤਾ ਦੁਬਾਰਾ ਬੁਲਾਏ ਜਾਣ ਉੱਤੇ ਮੁੱਖ ਮੰਤਰੀ ਬਾਦਲ ਨੂੰ ਸਿਰਫ ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਦੱਸ ਦਈਏ ਕਿ ਬਲਵੀਰ ਸਿੰਘ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਮੁੱਖ ਮੰਤਰੀ ਬਾਦਲ ਦੇ ਇਸ ਦੌਰੇ ਦੌਰਾਨ ਕੋਈ ਨਾ ਕੋਈ ਮੁੱਦਾ ਜੁੜ ਹੀ ਗਿਆ ਦਰਅਸਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਬਲਵੀਰ ਸਿੰਘ ਫਰਾਂਸ ਵਰਤਾਰਾ ਕਈ ਸਿੱਖ ਸੇਵਾਦਾਰਾਂ ਨੂੰ ਮਹਿੰਗਾ ਪੈ ਚੁੱਕਾ ਹੈ ਭਾਈ ਬਲਵੀਰ ਸਿੰਘ ਫਰਾਂਸ ਖਿਲਾਫ਼ ਵੀ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਆਪਰੇਸ਼ਨ ਬਲੂ ਸਟਾਰ ਦੀ ਵਰੇਗੰਢ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਮੀਡੀਆ ਨਾਲ ਕੋਈ ਵੀ ਸਿਆਸੀ